ਸਾਰੀਆਂ ਐਸੀਆਂ ਨੇ ਜਿਹੜੀਆਂ ਸਾਨੂੰ ਸਾਡੀ ਅਗਿਆਨਤਾ ਕਰਕੇ ਤੱਕਦੀਆਂ ਨੇ, ਅਤੇ ਕਈ ਬਿਮਾਰੀਆਂ ਐਸੀਆਂ ਨੇ ਜਿਹਨਾਂ ਨੂੰ ਡਰਨ ਦੀ ਲੋੜ ਨਹੀਂ, ਜਿਹੜੀਆਂ ਆਉਂਦੀਆਂ ਅਤੇ ਚਲੀਆਂ ਜਾਂਦੀਆਂ ਨੇ, ਉਹਦੇ ਲਈ ਕੋਈ ਇਲਾਜ ਦੀ ਵੀ ਲੋੜ ਨਹੀਂ। ਇਹ ਸਾਰਾ ਗਿਆਨ ਤੁਹਾਨੂੰ ਕਿਤਾਬਾਂ ਰਾਹੀਂ ਪਤਾ ਲੱਗ ਜਾਏਗਾ। ਇਹ ਦੋ ਨਾਂ ਦੱਸੇ ਨੇ, ਡਾਕਟਰ ਅਜੀਤਪਾਲ ਸਿੰਘ MD, ਜਿਹੜੇ ਕਿ ਪੰਜਾਬ ਸਰਕਾਰ ਦੇ ਮੈਡੀਕਲ ਕਮਿਸ਼ਨਰ ਵੀ ਰਹੇ ਨੇ, ਇਹਨਾਂ ਦੇ ਅਖਬਾਰ 'ਚ ਲੇਖ ਵੀ ਛਪਦੇ ਰਹੇ ਨੇ। ਇੱਕ ਇੱਕ ਕਿਤਾਬ ਸਿਰਫ 50-60 ਰੁਪਏ ਦੀ ਹੈਗੀ, ਨਿਊ ਬੁੱਕ ਕੰਪਨੀ ਤੋਂ ਤੁਹਾਨੂੰ ਇਹ ਕਿਤਾਬ ਮਿਲ ਜਾਏਗੀ, ਬੱਸ ਸਟੈਂਡ ਤੋਂ ਮਿਲ ਜਾਏਗੀ। ਇਹ 5 ਕਿਤਾਬਾਂ ਹੈਗੀਆਂ ਨੇ ਇਹਨਾਂ ਦੀਆਂ, ਅਤੇ ਡਾਕਟਰ ਹਰਸ਼ਿੰਦਰ ਕੌਰ ਜਿਹੜੇ ਇੱਥੇ ਆਉਣਗੇ, ਇਹਨਾਂ ਨੇ ਵੀ ਕਿਤਾਬਾਂ ਲਿਖੀਆਂ ਹੋਈਆਂ ਬੜੀਆਂ ਗਿਆਨਵਾਨ, ਉਹ ਡਾਕਟਰੀ ਦੇ ਉੱਤੇ। ਸੋ ਤੀਜਾ ਗਿਆਨ ਜਿਹੜਾ ਹੈਗਾ ਹੈ, ਕਿਰਤ ਦਾ ਗਿਆਨ, ਇਹ ਵੀ ਅਸੀਂ ਬੜੇ ਇਹਦੇ ਬਾਰੇ ਵਿਸਤ ਹੈਗੇ। ਕਿਰਤ ਹੈਗੀ ਹੈ, ਕਿਰਤ ਰਾਹੀਂ ਅਸੀਂ ਕੀ ਕਰਦੇ ਹਾਂ, ਧਨ ਕਮਾਉਂਦੇ ਹਾਂ। ਉਹ ਧਨ ਰਾਹੀਂ ਅਸੀਂ ਬਿਜਲੀ ਦਾ ਬਿੱਲ ਦੇਣਾ, ਪੈਟਰੋਲ ਦੇ ਪੈਸੇ ਦੇਣੇ ਨੇ, ਦਾਲਾਂ ਸਬਜ਼ੀਆਂ ਦੇ ਪੈਸੇ ਦੇਣੇ ਨੇ, ਘਰ ਦੀ ਰੱਖ ਰਖਾਵ ਕਰਨਾ ਹੈ, ਫੀਸਾਂ ਦੇਣੀਆਂ ਨੇ। ਇਹ ਜ਼ਰੂਰੀ ਹੈ, ਇਹ ਮਾੜੀ ਨਹੀਂ ਚੀਜ਼, ਇਹਦੀ ਦੌੜ ਵਿੱਚ ਨਹੀਂ ਪੈਣਾ, ਪਰ ਅਸੀਂ ਆਲਸੀ ਵੀ ਨਹੀਂ ਬਣਨਾ। ਕਿਰਤ ਦਾ ਗਿਆਨ ਜਿਹੜਾ, ਅਸੀਂ ਕੋਈ ਕੰਮ ਨਹੀਂ ਸਿੱਖਦੇ। ਤੁਹਾਨੂੰ ਪਤਾ ਵਿਦੇਸ਼ਾਂ ਵਿੱਚ ਲੋਕ ਜਿਹੜੇ ਨੇ ਨਾ, ਉਹ 9ਵੀਂ 10ਵੀਂ ਵਿੱਚ ਹੀ ਕੋਈ ਨਾ ਕੋਈ ਕੰਮ ਸਿੱਖਣਾ ਸ਼ੁਰੂ ਕਰ ਦਿੰਦੇ ਨੇ, ਅਤੇ ਜਿਹੜੇ ਉਹ ਸਕੂਲ ਹਟਦੇ ਨੇ, ਉਹਨੂੰ ਸਕੂਲ 'ਚ ਸਿਖਾਇਆ ਜਾਂਦਾ, ਸਕੂਲ ਤੋਂ ਸਿਖਾਇਆ ਜਾਂਦਾ, ਅਤੇ ਜਿਹੜੇ ਸਕੂਲ ਤੋਂ ਬਾਅਦ ਕਾਲਜ ਜਾਂਦੇ ਨੇ, ਉਹ ਸ਼ਨਿਚਰ ਐਤਵਾਰ ਨੂੰ ਕੰਮ ਕਰਦੇ ਨੇ, ਆਪਣੇ ਬੰਦੇ ਕਰਦੇ ਨੇ, ਹਵਾਲਾ ਗਰਦੀ ਕਰਦੇ ਨੇ, 2-2 ਘੰਟੇ ਤਿਆਰ ਉਹਨੂੰ ਲਾਉਂਦੇ ਨੇ, ਪੱਗਾਂ ਦੇ ਪਿੱਛੇ ਕੱਢਦੇ ਰਹੇ, ਸ਼ੀਸ਼ੇ 'ਚ ਆਪਣਾ ਦੇਖੀ ਜਾਂਦਾ। ਪਰ ਮੈਂ ਹੈਰਾਨ ਹੋ ਗਿਆ, ਕੈਨੇਡਾ ਮੈਂ ਇੰਨੇ ਵੱਡੇ ਸਟੋਰ 'ਚ ਗਿਆ, ਸਿਰਫ 3-4 ਰੰਗ ਦੀਆਂ ਪੈਂਟਾਂ, ਕਾਲਾ, ਗ੍ਰੇ, ਨੀਲਾ ਅਤੇ ਬਫ, ਅਤੇ ਸਿਰਫ 8-10 ਕਿਸਮ ਦੀਆਂ ਕਮੀਜ਼ਾਂ, ਦੈਟਸ ਆਲ। ਇੰਨੇ ਬੰਦੇ ਤੁਰਦੇ ਫਿਰਦੇ ਦੇਖੇ, ਸਾਰੇ ਨੇ ਵੀ ਉਹ 4-5 ਰੰਗ ਪਾਏ ਹੋਏ ਨੇ, ਕਿਉਂਕਿ ਉਹ ਲੋਕ ਵਿਹਲੇ ਨਹੀਂ ਹੈਗੇ। ਮੈਂ ਦੇਖਿਆ ਜਿੰਨੇ ਜੋਕਰਾਂ ਵਾਲੇ ਕੱਪੜੇ ਹਿੰਦੁਸਤਾਨ 'ਚ ਵਿਕਦੇ ਨਾ ਬਾਜ਼ਾਰਾਂ 'ਚ, ਜੋਕਰਾਂ ਵਾਲੇ, ਉਹ ਟੀਵੀਆਂ 'ਤੇ ਦਿਖਾਈ ਜਾਣਗੇ, ਬੰਦੇ ਵੀ ਦਿਖਾਈ ਜਾਣਗੇ, ਜਿਹਨੇ ਆਪਣੇ ਆਪ ਨੂੰ ਜੋਕਰ ਬਣਾਉਣ ਵਾਲੇ ਕੱਪੜੇ 'ਚ, ਮੁੰਡਿਆਂ ਦੇ 'ਚ, ਕੁੜੀਆਂ ਦੇ 'ਚ, ਇੰਡੀਆ ਤੋਂ ਬਾਹਰ ਮੈਂ ਕਿਤੇ ਨਹੀਂ ਦੇਖਿਆ। ਮਤਲਬ ਇੰਨਾ, ਮਤਲਬ ਕਿ ਅਸੀਂ, ਸਾਡਾ ਪੱਧਰ ਇੰਨਾ ਨੀਵਾਂ ਗਿਰਿਆ ਹੋਇਆ। ਪਰ ਤੁਹਾਨੂੰ ਪਤਾ ਜਿੰਨੇ ਬੰਦੇ ਮਾਰਕ ਜ਼ਕਰਬਰਗ ਜਿਹੜੇ ਹੈਗੇ, ਸਟੀਵ ਜੌਬਸ ਜਿਹੜਾ ਐਪਲ ਦਾ ਫਾਊਂਡਰ ਹੈਗਾ, ਇਹਨਾਂ ਨੇ ਪਤਾ ਇੱਕੋ ਰੰਗ ਦੇ ਕੱਪੜੇ ਰੱਖੇ ਸੀਗੇ, ਸਿਰਫ ਕਾਲੇ ਰੰਗ ਦੀ ਜੈਕਟ ਅਤੇ ਨੀਲੇ ਰੰਗ ਦੀ ਜੀਨ। ਪਤਾ ਕਿਉਂ? ਕਹਿੰਦੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਅਸੀਂ ਇਹ ਸੋਚਣ ਲਈ ਬਰਬਾਦ ਕਰੀਏ ਕਿ ਅੱਜ ਮੈਂ ਕਿਹੜੇ ਕੱਪੜੇ ਪਾਉਣੇ ਨੇ। ਤੁਸੀਂ ਜਿੰਨੇ ਵਿਦਵਾਨ ਬੰਦੇ ਦੇਖ ਲਓ, ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲੇ, ਸਿਰ ਚਿੱਟਾ ਕੁੜਤਾ ਪਜਾਮਾ ਚੁੱਟੀ ਪਾ, ਕੋਈ ਟੈਨਸ਼ਨ ਹੀ ਨਹੀਂ ਹੈਗੀ। ਗਿਆਨੀ ਜਸਵੰਤ ਸਿੰਘ ਪਰਵਾਨਾ, ਇੰਨੇ ਤਗੜੇ ਵਿਦਵਾਨ, ਕਥਾ ਕਰਦੇ ਨੇ, ਆਨੰਦ ਆਇਆ, ਚਿੱਟਾ ਕੁੜਤਾ ਪਜਾਮਾ ਕਾਲੀ ਪਾ, ਦੈਟਸ ਵਾਟ ਸੋਚਦੇ। ਮੈਂ ਨਹੀਂ ਕਹਿੰਦਾ ਤੁਸੀਂ ਇੱਦਾਂ ਹੋ ਜਾਓ, ਪਰ ਘੱਟ ਤੋਂ ਘੱਟ ਇਹ ਇੰਨਾ ਖਿਲਾਰੇ ਨੂੰ ਛੋਟਾ ਤਾਂ ਕਰ ਸਕਦੇ ਹੋ, 3-4 ਰੰਗ ਰੱਖ ਲਓ। ਮੈਂ ਨਹੀਂ ਕਹਿੰਦਾ ਵੀ ਤੁਸੀਂ ਇੱਕੋ ਨਾਮ ਹੁੰਦਾ ਅਤੇ ਉਹਨਾਂ ਦੇ ਵਰਗੇ ਬਣ ਜਾਓ, ਪਰ ਜੇ ਤੁਸੀਂ ਹਰ ਵੇਲੇ ਸਾਰਾ ਧਿਆਨ, ਸਾਰੀ ਐਨਰਜੀ, ਸਾਰਾ ਪੈਸਾ ਇਹਨਾਂ ਚੀਜ਼ਾਂ 'ਤੇ ਖਰਚ ਕਰਦੇ ਰਹੋਗੇ, ਤਾਂ ਤੁਸੀਂ ਜ਼ਿੰਦਗੀ ਵਿੱਚ ਅੱਗੇ ਨਹੀਂ ਵੱਧ ਸਕਦੇ। ਸੋ ਕਿਰਤ ਗਿਆਨ ਦਾ ਮਤਲਬ ਹੈਗਾ, ਜਿਹੜੀ ਕਿਰਤ ਤੁਸੀਂ ਫੜ ਲਈ, ਹੁਣ ਉਹਦੇ ਵਿੱਚ ਤੁਸੀਂ ਮੁਹਾਰਤ ਹਾਸਲ ਕਰਨੀ ਹੈ। ਇਹ ਨਹੀਂ ਕੱਚਾ ਪੱਕਾ ਕੰਮ ਬਣ ਗਿਆ, ਕਿਉਂਕਿ ਪਲੰਬਰ ਦਾ ਕੰਮ ਕਰਦੇ ਨੇ, ਨਾ ਟਾਈਮ ਨਾਲ ਆਉਂਦੇ ਨੇ, ਨਾ ਟਾਈਮ ਨਾਲ ਕਰਦੇ, ਨਾ ਚੱਜ ਦਾ ਕੰਮ ਕਰਦੇ ਨੇ, ਕਿਉਂਕਿ ਬੰਦਾ ਬਦਨਾਮ ਹੋ ਜਾਂਦਾ। ਕਿ ਤਰਖਾਣਾ ਕੰਮ ਕਰਦੇ ਨੇ ਬੰਦੇ, ਕਿਉਂਕਿ ਉਹਨੂੰ ਉੱਨਤੀ ਨਹੀਂ ਕਰਦੇ, ਤਰੱਕੀ ਨਹੀਂ ਕਰਦੇ। ਜਿਹੜਾ ਵੀ ਕੰਮ ਤੁਸੀਂ ਫੜੋ, ਉਸ ਕੰਮ ਵਿੱਚ ਗਾਂ ਤੋਂ ਗਾਂ, ਗਾਂ ਤੋਂ ਗਾਂ, ਐਜੂਕੇਸ਼ਨ ਰਾਹੀਂ ਜੋ ਜੋ ਚੇਂਜਿਸ ਆ ਰਹੀਆਂ ਨੇ, ਉਹਦੇ ਨਾਲ ਆਪਣੇ ਆਪ ਨੂੰ ਅਪਡੇਟ ਰੱਖੋ, ਅਤੇ ਉਹਦੇ ਵਿੱਚ ਨਵੀਂ ਨਵੀਂ ਸਿਖਲਾਈ ਲੈਂਦੇ ਰਹੋ, ਤਾਂ ਕਿ ਤੁਹਾਨੂੰ ਕੰਮ ਦੇ ਮਗਰ ਨਾ ਜਾਣਾ ਪਵੇ, ਕੰਮ ਤੁਹਾਡੇ ਪਿੱਛੇ ਪਿੱਛੇ ਆਵੇ। ਲੋਕ ਕਹਿਣ ਵੀ ਅਸੀਂ ਕੰਮ ਕਰਾਉਣਾ ਅਤੇ ਫਲਾਣੇ ਬੰਦੇ ਨੂੰ ਕਰਾਉਣਾ, ਕਿਉਂਕਿ ਇਹ ਟਾਈਮ ਦਾ ਬੜਾ ਪਾਬੰਦ ਹੈ, ਇਹ ਬੇਈਮਾਨੀ ਨਹੀਂ ਕਰਦਾ, ਇਹ ਇਮਾਨਦਾਰ ਬੜਾ, ਅਤੇ ਇਹਦਾ ਕੰਮ ਬੜਾ ਵਧੀਆ ਹੁੰਦਾ। ਸਾਨੂੰ ਮੇਰੇ ਕੰਮ 'ਚੋਂ ਕਦੀ ਸ਼ਿਕਾਇਤ ਕਦੀ ਸੁਣੀ ਨਹੀਂ। ਮੈਂ ਆਪਣੇ ਭਰਾ ਦਾ ਐਗਜ਼ਾਮਪਲ ਦੇ ਸਕਦਾ, ਮੇਰਾ ਭਰਾ ਆਰਕੀਟੈਕਟ ਹੈਗਾ, ਉਹ ਫਰਨੀਚਰ ਦਾ, ਕਿਚਨ ਦਾ ਕੰਮ ਕਰਦਾ, ਉਹਨਾਂ ਨੂੰ ਅੱਜ ਤੱਕ ਕਿਤੇ ਕੰਮ ਨਹੀਂ ਜਾਣਾ ਪਿਆ। ਅੱਜ ਤੱਕ ਜਿੰਨੇ ਕੰਮ ਆਏ ਨੇ, ਜਿਹਨੇ ਕੰਮ ਕੀਤਾ, ਜਿਹਦਾ ਕੰਮ ਕੀਤਾ, ਉਹਨੇ ਅੱਗੇ 10 ਬੰਦੇ ਨੂੰ ਕੰਮ ਦੱਸਿਆ ਵੀ ਭਾਈ ਜੇ ਤੁਸੀਂ ਕੰਮ ਕਰਾਉਣਾ ਨਾ, ਤਾਂ ਉਹਨਾਂ ਕੋਲ ਕਰਾਇਆ। ਸਾਨੂੰ ਕੰਮ ਲਈ ਬੋਲਣਾ ਪੈਂਦਾ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ, ਸਾਨੂੰ ਕੰਮ ਲਈ ਕਿਤੇ ਜਾਣਾ ਨਹੀਂ ਪੈਂਦਾ। ਉਹ ਸਿਰਫ ਇਸ ਕਰਕੇ ਕਿ ਉਹਨਾਂ ਦੀ ਸਾਹ ਇੰਨੀ ਜ਼ਬਰਦਸਤ ਬਣ ਚੁੱਕੀ ਹੈ ਕਿ ਇਹਨਾਂ ਨੇ ਕੋਈ ਹੇਰਾਫੇਰੀ ਨਹੀਂ ਕਰਨੀ, ਕੋਈ ਬੇਈਮਾਨੀ ਨਹੀਂ ਕਰਨੀ, ਜਿਹੜਾ ਕੰਮ ਹੈਗਾ ਬੜਾ ਵਧੀਆ ਕਰਦਾ। ਚੌਥਾ ਜਿਹੜਾ ਹੈ, ਇਹ ਕਰਕੇ ਅਤੇ ਇੱਕ ਕਰਕੇ ਮੈਂ ਸਾਫ ਕਰਦਾ, ਅਤੇ ਰਾਜਪਾਲ ਜੀ ਕੋਲ ਆ ਜਾਏਗਾ। ਚੌਥਾ ਗਿਆਨ ਹੈਗਾ ਆਰਥਿਕ ਗਿਆਨ।
ਵਿੱਚ ਆਪਣੇ ਪੰਜਾਬੀ ਤੇ ਬਿਲਕੁਲ ਹੀ ਸਿਫਰ ਹੈ। ਮੈਂ ਕਹਿਣਾ ਪਹਿਲੇ ਗਰੀਬੀ ਦੀ ਗੱਲ, ਮੈਂ ਆਪਣੇ ਕਜ਼ਨਸ ਨੂੰ ਦੇਖਿਆ ਜੋ ਮੇਰੇ ਤੋਂ 10-10-15-15 ਸਾਲ ਵੱਡੇ, ਜਿਨ੍ਹਾਂ ਦੀ ਬੜੀ ਗੁੱਡੀ ਚੜੀ ਸੀ ਜਦੋਂ ਦੁਬਈ ਜਾਂਦੇ ਸੀ, ਤੇ ਅਸੀਂ ਉਹਨਾਂ ਨੂੰ ਦੇਖਦੇ ਸੀ ਲੈ ਵੀ ਬੜਾ ਜਿਹੜੇ ਕੰਮ ਕੀਤਾ, ਬੜੀ ਕਮਾਈਆਂ ਕੀਤੀਆਂ, ਅੱਜ ਛੋਟਾ ਨੂੰ ਪਪਾ ਬੜਾ ਕੰਮ ਕੀਤਾ, ਬੜੇ ਮਾਇਆ ਕੀਤੇ, ਅੱਜ ਛੋਟਾ ਨੂੰ ਪਪਾ ਕਿਉਂ? ਪੈਸੇ ਨੂੰ ਵਰਤਣਾ ਕਿੱਦਾਂ ਹੈ, ਪੈਸੇ ਨੂੰ ਸਾਂਭਣਾ ਕਿਵੇਂ ਹੈ, ਇਹਦੀ ਜਾਂਚ ਹੈ ਹੀ ਨਹੀਂ। ਤੁਹਾਨੂੰ ਮੈਂ ਇੱਕ ਸਮੀਕਰਨ ਦੱਸਾਂਗਾ, ਇੱਕ ਇਕੁਏਸ਼ਨ ਦੱਸਾਂਗਾ, ਜੇ ਤੁਸੀਂ ਉਹ ਪੱਲੇ ਬੰਨ ਲਓ ਤਾਂ ਤੁਹਾਡਾ ਜੀਵਨ ਬਦਲ ਜਾਏਗਾ। ਇਹਦੇ ਲਈ ਇੱਕ ਕਿਤਾਬ ਹੈਗੀ, ਇੱਕ ਹੈਗੀ ਕਿਤਾਬ ਲਿਖ ਲਓ, ਰਿਚ ਡੈਡ ਪੂਅਰ ਡੈਡ, ਅੰਗਰੇਜ਼ੀ ਦੀ ਕਿਤਾਬ ਹੈ, ਮੈਂ ਅੰਗਰੇਜ਼ੀ 'ਚ ਪੜ੍ਹੀ ਸੀ ਇਹਦੀ, ਇਹ ਕਿਸੇ ਨੇ ਪੜ੍ਹੀ ਵੀ ਹੈ, ਇਹ ਬੇਟੀ ਪੜ੍ਹ ਰਹੀ ਹੈ, ਮੈਂ ਦੇਖਿਆ ਇੱਥੇ ਲਾਇਬ੍ਰੇਰੀ 'ਚ ਜਾਂਦੀ ਆ ਆਪਾਂ, ਇਹ ਅੰਗਰੇਜ਼ੀ 'ਚ ਪੰਜਾਬੀ 'ਚ ਇਹਦਾ ਤਰਜਮਾ ਹੋਇਆ, ਰਿਚ ਡੈਡ ਪੂਅਰ ਡੈਡ, ਲੈ ਕੇ ਪੜ੍ਹ ਲਿਓ, 100-150 ਰੁਪਏ ਦੀ ਕਿਤਾਬ ਹੈ, 20 ਹਜ਼ਾਰ ਦਿੰਦੇ ਨੇ, 300 ਰੁਪਏ ਦੀ ਡਿਸਕਾਊਂਟ ਪੰਜਾਬੀ 'ਚ ਮਿਲ ਜਾਂਦੀ ਹੈ, ਸੇਮ ਬ੍ਰਦਰਸ ਨੂੰ ਮਿਲ ਜਾਏਗੀ, ਰਿਚ ਡੈਡ ਪੂਅਰ ਡੈਡ, ਇਹ ਪੜ੍ਹੋ ਕਿਤਾਬ, ਤੁਹਾਨੂੰ ਪੜ੍ਹਨੀ ਚਾਹੀਦੀ ਹੈ। ਇਹ ਕਿਤਾਬ ਮੈਂ 15 ਸਾਲ ਪਹਿਲੇ ਪੜ੍ਹੀ ਸੀ, ਹੁਣ ਮੈਂ ਤੁਹਾਨੂੰ ਦੱਸਦਾ ਆਪਣੇ ਤਜਰਬੇ ਤੋਂ, ਵੀ ਜੇ ਮੈਨੂੰ ਮੈਂ ਇੰਨਾ ਪੜ੍ਹਿਆ ਲਿਖਿਆ ਹੋ ਗਿਆ ਵੀ ਮੈਨੂੰ ਪਤਾ ਨਹੀਂ ਸੀਗਾ, ਪਰ ਅਸੀਂ ਮੈਂ ਦੇਖਦਾ ਬੜੇ ਬੰਦੇ ਪੜ੍ਹੇ ਲਿਖੇ ਨੇ ਪਰ ਆਰਥਿਕ ਗਿਆਨ ਨਾ ਹੋਣ ਕਰਕੇ ਉਹ ਪੈਸੇ ਨੂੰ ਕਿਵੇਂ ਸੇਵ ਕਰਨਾ ਹੈ, ਕਿਵੇਂ ਬਚਾਉਣਾ ਹੈ, ਉਹਨਾਂ ਨੂੰ ਪਤਾ ਨਹੀਂ ਲੱਗਦਾ, ਅਤੇ ਉਹਨਾਂ ਦੀ ਹਾਲਤ ਜਿਹੜੀ ਹੈ ਰਿਟਾਇਰਮੈਂਟ ਬੜੀ ਔਖੀ ਨਿਕਲਦੀ ਹੈ। ਇਹ ਲਿਖੋ ਇੱਥੇ, ਮਾਰੋ ਕਾਟਾ, ਕਿਉਂਕਿ ਜੇ ਪੈਸੇ ਲਗਾਓਗੇ ਤੇ ਉਹਦਾ ਜਿਹੜਾ
ਨਤੀਜਾ ਤੁਹਾਨੂੰ ਖੁਦ ਹੀ ਭੁਗਤਣਾ ਪਏਗਾ। ਉਹਦੇ ਕਰਜ਼ੇ ਵੀ ਆਪ ਮੁੰਡੇ ਪੈਣਗੇ ਅਤੇ ਉਹਦੀ ਜਿਹੜੀ ਮੁਸ਼ਕਲਾਂ ਹੈ ਉਹ ਤੁਹਾਨੂੰ ਆਪ ਸਿਹੜਨੀਆਂ ਪੈਣਗੀਆਂ। ਉਸ ਵੇਲੇ ਕੋਈ ਰਿਸ਼ਤੇਦਾਰ ਤੁਹਾਡੀ ਪੌੜੀ ਨਹੀਂ ਕਰੇਗਾ। ਹੁਣ ਅਗਲਾ ਗਿਆਨ ਇਹਦੇ ਲਾਗੇ ਨਹੀਂ ਪਤਾ, ਚਾਰ ਗਿਆਨ ਪੱਲੇ ਮੰਨ ਲਓ। ਤੁਸੀਂ ਇਹ ਨਿਸ਼ਾਨਾ ਰੱਖਣਾ ਕਿ ਇਹ ਚਾਰ ਗਿਆਨ ਜਿਹੜੇ ਹੈਗੇ ਨੇ ਇਹਨਾਂ 'ਤੇ ਮੈਂ ਆਪਣੀ ਸਾਰੀ ਊਰਜਾ ਅਤੇ ਸਾਰਾ ਸਮਾਂ ਲਾਉਣਾ। ਤੁਹਾਨੂੰ ਕਿਤਾਬਾਂ ਵੀ ਦੱਸ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਅਤੇ ਗੁਰਮਤਿ ਦੀਆਂ ਕਿਤਾਬਾਂ। ਜਦੋਂ ਵੀ ਅੰਮ੍ਰਿਤਸਰ ਸਾਹਿਬ ਜਾਓ ਤੁਸੀਂ ਕਹੋ ਮੈਂ ਇੱਕ ਕਿਤਾਬ ਲੈ ਕੇ ਆਉਣੀ ਹੈ ਸਿੰਘ ਬ੍ਰਦਰਸ ਤੋਂ, ਗੁਰਮਤਿ ਕੋਈ ਨਾ ਕੋਈ ਕੋਈ ਕਿਤਾਬ ਲੈ ਲਓ ਪੜ੍ਹਨ ਦੀ ਆਦਤ। ਫਿਰ ਇੱਥੇ ਲਾਗੇ ਇੱਧਰ ਆਓ, ਉੱਥੋਂ ਦੀ ਇਸ਼ੂ ਕਰਾ ਕੇ ਲੈ ਜਾਓ, ਲਾਇਬ੍ਰੇਰੀ 'ਚੋਂ ਕਿਤਾਬ ਇਸ਼ੂ ਕਰਕੇ ਲੈ ਜਾਓ। ਦੂਜੀ ਸਿਹਤ ਗਿਆਨ, ਇਹਦੀ ਕਿਤਾਬਾਂ ਵੀ ਤੁਹਾਨੂੰ ਦੋ ਦਾ ਲਿਖਾਰੀ ਨੇ ਦੱਸ ਦਿੱਤੀਆਂ, ਡਾਕਟਰ ਅਜੀਤਪਾਲ ਸਿੰਘ ਐਮਡੀ ਅਤੇ ਡਾਕਟਰ ਹਰਸ਼ਿੰਦਰ ਕੌਰ। ਕਿਰਤ ਦਾ ਗਿਆਨ, ਇਹ ਤਾਂ ਤੁਸੀਂ ਜਿਹੜੇ ਕਿੱਤੇ ਵਿੱਚ ਜਾਓਗੇ ਉਹ ਪਤਾ ਕਰੋ, ਉਹ ਬੰਦਿਆਂ ਨੂੰ ਉੱਥੋਂ ਬੈਠੋ, ਉਹਨਾਂ ਦੇ ਸੈਮੀਨਾਰ ਅਟੈਂਡ ਕਰੋ, ਉਹਨਾਂ 'ਚ ਅੱਗੇ ਆਪਣੀ ਮੁਹਾਰ ਕੰਮ ਨੂੰ ਹੋਰ ਅੱਗੇ ਪੱਕਾ ਕਰੋ। ਉਹਦਾ ਜੇ ਕੋਈ ਕੋਰਸ ਹੋ ਰਿਹਾ ਛੋਟਾ ਮੋਟਾ ਉਹ ਕਰੋ। ਆਰਥਿਕ ਗਿਆਨ ਮੈਂ ਤੁਹਾਨੂੰ ਦੱਸ ਦਿੱਤੀ, ਰਿਚ ਡੈਡ ਪੂਅਰ ਡੈਡ, ਅਤੇ ਇਹਦਾ ਇੱਕ ਨੁਕਤਾ ਕੈਪਸੂਲ ਰੂਪ ਤੁਹਾਨੂੰ ਮੈਂ ਦੱਸ ਦਿੱਤਾ, ਹਮੇਸ਼ਾ ਹੈ ਚੇਤਾ ਰੱਖੋ। ਜਿਵੇਂ ਹੀ ਕਮਾਉਣ ਲੱਗੋ ਉਸੀ ਤਰ੍ਹਾਂ 10-20% 25% ਦੀ ਜਿੰਨਾ ਵੀ ਕਮਾ ਸਕਦੇ, ਜਿੰਨਾ ਵੀ ਬਚਾ ਸਕਦੇ ਹੋ ਉਹਨੂੰ ਲਾਂਭੇ ਕਰ ਦਿਓ। ਅਤੇ ਨਿਰਾਰਥਕ ਗਿਆਨ ਕਿਹੜਾ? ਨਿਰਾਰਥਕ ਗਿਆਨ, ਨਿਰਾਰਥਕ ਗਿਆਨ ਪਤਾ ਕਿਹੜਾ? ਇਹ ਕਾਰ ਕਿੰਨੇ ਦੀ ਹੈਗੀ, ਘੜੋ ਕਿੰਨੀਆਂ ਪੈਲੀਆਂ ਹੈਗੀਆਂ, ਤੇਰੀ ਕਿੰਨੀ ਤਨਖਾਹ ਹੈਗੀ ਹੈ, ਇਹ ਕਮੀਜ਼ ਕਿੱਥੋਂ ਲਈ ਹੈ, ਇਹ ਸੂਟ ਕਿੱਥੋਂ ਲਿਆ, ਠੀਕ ਹੈ, ਉਹ ਫਲਾਨੇ ਕ੍ਰਿਕਟਰ ਦੇ ਕਿੰਨੇ ਰਨ ਬਣਾਏ ਨੇ, ਹੁਣ ਸਿੰਗਰ ਹੈਗਾ ਉਹਨੇ ਕਿਹੜਾ ਗਾਣਾ ਗਾਇਆ, ਉਹ ਫਲਾਨੇ ਦਾ ਵਿਆਹ ਕਿਹਦੇ ਨਾਲ ਹੋਇਆ, ਇਹ ਫਾਲਤੂ ਦੇ ਕਿੰਨੇ ਹੀ ਸਾਰੇ ਗਿਆਨ ਹੈਗੇ ਨੇ ਜਿਹੜੇ ਕਿਹੜੇ ਹੈਗੇ ਨੇ, ਨਿਰਾਰਥਕ। ਤੁਹਾਨੂੰ ਪਤਾ ਕਿ ਇਹ ਕਿਉਂ ਕੀਤਾ ਜਾਂਦਾ ਸਾਰਾ? ਇਹ ਬੰਡੀ ਹੈ, ਬੰਡੀ ਗੱਲ, ਇਹ ਤੁਹਾਨੂੰ ਬਚਾਉਂਦੇ ਨੇ, ਕਿਉਂਕਿ ਜਿੰਨੀਆਂ ਇੱਦਾਂ ਦੀਆਂ ਗੱਲਾਂ ਹੋਣਗੀਆਂ ਤੁਹਾਡੇ 'ਤੇ ਪ੍ਰਭਾਵ ਦਬਾਅ ਪਏਗਾ ਪਦਾਰਥ ਵਾਲਾ। ਇਹ ਫੋਨ ਕਿੰਨੇ ਦਾ, ਇਹ ਫੋਨ ਕਿੱਥੋਂ ਲਿਆ, ਇਹਦੀ ਕਿੰਨੀ ਮੈਮਰੀ ਹੈ, ਇਹ ਸਮਝ ਕੀ ਹੈ, ਤੁਹਾਡੇ ਜ਼ਹਿਨ ਵਿੱਚੋਂ ਬੀਜ ਬੀਜਿਆ ਜਾ ਰਿਹਾ ਕਿ ਤੁਸੀਂ ਵੀ ਹੁਣ ਯਕਦਮ ਕਰਕੇ ਇਹ ਵਾਲਾ ਫੋਨ ਲੈਣਾ। ਇਹ ਸਾਈਕੋਲੋਜੀ ਹੈ, ਇਹ ਮਨੋਵਿਗਿਆਨ ਹੈ, ਇੱਦਾਂ ਕੰਮ ਕਰਦਾ, ਮੰਡੀਕਰਨ ਜਿਹੜਾ ਹੈ ਇੱਦਾਂ ਕੰਮ ਕਰਦਾ। ਸੋ ਮੇਰਾ ਫੋਨ ਦੇਖੋ 2.5 ਸਾਲ ਹੋ ਗਏ, 3 ਸਾਲ ਮੇਰਾ ਬੜਾ ਵਧੀਆ ਚੱਲ ਰਿਹਾ ਫੋਨ, ਮੈਨੂੰ ਆਉਣ ਵਾਲੇ ਸਮੇਂ ਦੀ ਜ਼ਰੂਰਤ ਦੀ ਕੋਈ ਗੁੰਜਾਇਸ਼ ਨਹੀਂ। ਨਾ ਮੈਂ ਕਿਸੇ ਨੂੰ ਦੱਸਦਾ ਮੇਰਾ ਕਿਹੜਾ ਫੋਨ ਹੈਗਾ, ਨਾ ਮੈਂ ਕਿਸੇ ਕੋਲ ਪੁੱਛਦਾ ਤੁਹਾਨੂੰ ਕਿਹੜਾ ਫੋਨ ਹੈਗਾ, ਨਾ ਮੈਂ ਪੁੱਛਦਾ ਤੁਹਾਨੂੰ ਕਿੰਨੀਆਂ ਪੈਲੀਆਂ ਹੈਗੀਆਂ, ਤੁਹਾਨੂੰ ਕਿਹੜੀ ਗੱਡੀ ਹੈਗੀ ਹੈ, ਕਿੰਨੇ ਦੀ ਹੈਗੀ ਹੈ, ਇਹ ਸਭ ਬੇਕਾਰ ਦੇ ਗਿਆਨ ਹੈ। ਆਪਣੀ ਐਨਰਜੀ, ਆਪਣਾ ਸਮਾਂ ਇਹਨਾਂ ਫਜ਼ੂਲ ਦੇ ਗਿਆਨਾਂ ਵਿੱਚ ਜਿਹੜੇ ਹੈਗੇ ਨੌਲੇਜ ਪ੍ਰਦਾਨ ਕਰੀਏ, ਇਹਦੇ 'ਚ ਬਿਲਕੁਲ ਵੀ ਬਰਬਾਦ। ਸੋ ਸਮਾਂ ਸਾਡਾ ਸਾਰਿਆਂ ਕੋਲ ਸੀਮਿਤ ਹੈਗਾ, 24 ਘੰਟੇ। ਜਿਹੜੇ ਨਲਾਇਕ ਬੰਦੇ ਹੁੰਦੇ ਨੇ ਉਹਨਾਂ ਕੋਲ ਵੀ 24 ਘੰਟੇ ਨੇ, ਅਤੇ ਜਿਹੜੇ ਅਵਲ ਆਉਂਦੇ ਨੇ ਲਾਇਕ ਹੁੰਦੇ ਨੇ ਉਹਨਾਂ ਕੋਲ ਵੀ 24 ਘੰਟੇ ਹੁੰਦੇ। ਫਰਕ ਸਿਰਫ ਇੰਨਾ ਹੁੰਦਾ ਹੈ ਕਿ ਉਹ ਸਮਾਂ ਕਿੱਦਾਂ ਵਰਤਦਾ ਅਤੇ ਦੂਜਾ ਬੰਦਾ ਸਮਾਂ ਆਪਣਾ ਕਿਵੇਂ ਵਰਤਦਾ। ਸੋ ਇੰਨੀ ਬੇਨਤੀ ਕਰੋ, ਜਿਹੜਾ ਜੋ ਹੁੰਦਾ ਰਾਜਪਾਲ ਸਿੰਘ ਜੀ ਨੂੰ ਕਹਾਂਗਾ ਕਿ ਆਪਣਾ ਜਿਹੜਾ ਵਿਸ਼ਾ ਲੈ ਕੇ